कहने नागनी खा के ना उत्ते जो पूरी संघने मिठे वाली चाह पी लेंदा फिर जो खिड़दा फिर कहिंदा पम्मा ही करो। तैनू पता मैं कौन आ? मैं वार्निंग दे के बंदा मारदा। पम्मा मेरा ना पप्पा उत्ते टिप्पी ते मम्मे नू करना। हुण तां सानूं इउं लगदा भी जे कितें सराहणे पिस्तौल ना रखे शायद नींद ना आवे। तुसीं पम्मे नू किवें कह दोगे भी पम्मा गलत बंदूक चल? ਇਹ ਗੋਲੀਆਂ ਬੰਦੂਕ ਬੰਬ ਇੰਨਾ ਕਿਉਂ? ਅਸੀਂ ਤਾਂ ਵੀ ਡਾਕੂਆਂ ਵਾਲੀਆਂ ਫਿਲਮਾਂ ਹੀ ਦੇਖੀਆਂ। ਮੰਜੇ ਦਾ ਬੜਾ ਰੌਲਾ ਹੈ, ਮੰਜੇ ਤੇ ਨਹੀਂ ਬਹਿਣਾ, ਉਹ ਕਿਤੇ ਮੇਰੇ ਵਾਲੇ ਮੰਜੇ ਤੇ ਤਾਂ ਨਹੀਂ ਬਹਿ ਗਿਆ। ਮੰਜਾ ਕਿਹਦਾ ਹੈ? ਮੰਜਾ 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 ਹੀ ਹੋਈ ਜਾਂਦੀ ਹੈ। ਮੰਜਾ ਹੈਗਾ ਸੰਘਾਸਣ ਤੇ ਸੰਘਾਸਣ ਵਿੱਚ ਤਾਂ ਤੁਸੀਂ ਲੜਾਈ ਕੀ ਦੇਸ਼ਾਂ ਦੇ ਦੇਸ਼ ਖਤਮ ਹੁੰਦੇ ਆ। ਇਹਦੇ ਵਿੱਚ ਵਾਰਨਿੰਗ ਯਾਨੀ ਕਿ ਚੇਤਾਵਨੀ ਦਿੱਤੀ ਕਿਹਨੂੰ ਆ? ਪਿਛਲੀ ਵਾਰੀ ਤਾਂ ਇੱਕ ਦੋ ਜਣੇ ਸੀ, ਐਕਟੀ ਬਹੁਤ ਨੂੰ ਦਿੱਤੀ ਹੈ। ਬੋਲੀ ਭਾਈ ਕਿੰਨੇ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦੇ ਹੋ ਫਿਰ ਫਿਲਮ 'ਚ? ਉਹ ਚੀਜ਼ਾਂ ਜਦੋਂ ਦੇਖਦੇ ਸੀ ਠਹਿ 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 ਖਤਮ, ਸਵਾਦ ਹੀ ਬਹੁਤ ਆਉਂਦਾ। ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ ਨਾ, ਉਹ ਨਹੀਂ ਇਹਨੂੰ ਆਉਂਦੀ। ਜੱਜ ਦਾ ਵਿਚਾਰ। ਸ੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਸਿੰਘ ਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਟੈਣਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਹੀ ਵਧੀਆ ਚੜ੍ਹਦੀ ਕਲਾ, ਜ਼ਿੰਦਾਬਾਦ। ਅੱਜ ਸਟੂਡੀਓ ਤੋਂ ਬਾਹਰ ਹਾਂ। ਬਿਲਕੁਲ ਜੀ, ਸਟੂਡੀਓ ਤੋਂ ਬਾਹਰ ਹਾਂ। ਚੇਤਾਵਨੀ ਇੱਕ ਹੀ ਬਹੁਤ ਹੁੰਦੀ ਹੈ ਜੀ, ਪਰ ਜੇ ਚੇਤਾਵਨੀ ਦੁਹਰਾਉਣੀ ਪੈ ਜੇ ਤਾਂ ਫਿਰ ਉਹਦੇ ਉੱਤੇ ਕਦੇ ਕਦੇ ਅਚੰਬਿਤ ਹੋ ਜਾਂਦਾ ਵੀ ਯਾਰ ਹੈ, ਪਹਿਲੀ ਵਾਰੀ ਗੱਲ ਨਹੀਂ ਸੀ ਬਣੀ ਜੀ, ਇਹ ਦੂਜੀ ਵਾਰ ਤੁਸੀਂ ਚੇਤਾਵਨੀ ਦਿੱਤੀ ਹੈ ਤੇ ਦੂਸਰੀ ਵਾਰ ਚੇਤਾਵਨੀ ਹਮੇਸ਼ਾ ਖਤਰਨਾਕ ਹੁੰਦੀ। ਹਾਂਜੀ, ਪਰ ਖਤਰਨਾਕ ਇਸ ਤਰੀਕੇ ਦੀ ਹੁੰਦੀ ਵੀ ਬੰਦਾ ਗਾਜਰ ਮੂਲੀ ਵਾਂਗੂ ਛਿੱਲਿਆ ਜਾਵੇ, ਇਹ ਗੱਲ ਹੋਰ ਵੀ ਅਚੰਬਿਤ ਕਰਦੀ ਹੈ। ਵਡਾਂਗਾ ਕੀਤਾ ਜਾਵੇ, ਐਂ ਕੋਈ ਬੰਦਾ ਤੋਰੀ ਨਹੀਂ ਛਿੱਲਦਾ ਜਿਵੇਂ ਬੰਦੇ ਛਿੱਲਦੇ ਕਈ ਅੱਜ ਕੱਲ੍ਹ। ਸੋ ਵੇਹਨੇ ਭਾਈ ਆਉਂਦੇ ਸਮੇਂ ਦੇ ਵਿੱਚ 2 ਤਰੀਕ ਨੂੰ ਕਿਹੜੀ ਚੇਤਾਵਨੀ ਤੇ ਕਿਹੜੀ ਵਾਰਨਿੰਗ 2 ਦੇ ਵਿੱਚ ਕੀ ਪੇਸ਼ ਕੀਤਾ। ਸੋ ਅੱਜ ਅਸੀਂ ਗੱਲ ਕਰਾਂਗੇ ਪ੍ਰਿੰਸ ਕਮਲਜੀਤ ਸਿੰਘ ਹੋਰਾਂ ਦੇ ਨਾਲ, ਨਾਲ ਨੇ ਬਾਈ ਸਤਿਕਾਰਯੋਗ ਰਘਬੀਰ ਬੋਲੀ ਜੀ, ਇਹਦੇ ਨਾਲ ਗੱਲਾਂ ਬਾਤਾਂ ਕਰਨੀਆਂ। ਵਾਰਨਿੰਗ 2 ਫਿਲਮ ਆਉਣ ਲੱਗੀ ਆ, ਮੇਰੇ ਮਨ ਦੇ ਵਿੱਚ ਕਈ ਸਵਾਲ ਆ, ਸਾਡੇ ਅਸਲ ਦੇ ਵਿੱਚ ਮੈਂ ਇਕੱਲਾ ਕੀ ਹਾਂ, ਪਰ ਇਹ ਵੀ ਬੰਬ ਬੰਦੂਕਾਂ ਗੋਲੇ ਤੇਰਾ ਪੂੜਾ ਛਿੱਲ ਦੂੰ ਤੈਨੂੰ ਐਂ ਕਰ ਦੂੰ, ਗੱਲ ਕੀ ਬਣ ਗਈ? ਇੰਨਾ ਕੱਬਾ ਸੁਭਾਅ ਚੱਕੀ ਫਿਰਦੇ ਆ, ਉਹਨਾਂ ਦਾ ਸਹਿਜਤਾ ਬਹੁਤ ਆ, ਗੋਲੀ ਵੀ ਸਹਿਜਤਾ ਇਹਦੇ ਨਾਲ ਮਾਰਦੇ ਆ, ਐਂ ਤਾਂ ਫਿਰ ਗੋਲੀ ਮਾਰਨੀ ਪਊ ਨਾ। ਪੁੱਛਾਂਗੇ ਵੀ ਐ ਗੋਲੀਆਂ ਕਿਉਂ ਮਾਰੀਆਂ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਠੀਕ ਠਾਕ? ਹਾਂਜੀ ਹਾਂਜੀ ਵਧੀਆ। ਚੜ੍ਹਦੀ ਕਲਾ ਚੋਂ ਐ ਪੂਰੀ ਕਲਾਕਾਰ ਬਣਨ ਦੇ ਕਿੰਨੇ ਕਿੰਨੇ ਫਾਇਦੇ ਆ ਇਹਦਾ ਮੈਨੂੰ ਪੈਰ ਪੈਰ ਤੇ ਅਹਿਸਾਸ ਹੁੰਦਾ। ਅੱਛਾ ਜੀ, ਸਾਨੂੰ ਪਹਿਲਾਂ ਹੀ ਚਾਹ ਪੁੱਛ ਲੈਂਦੇ, ਤੁਹਾਨੂੰ ਵਿਚਾਲੇ ਪੁੱਛਦੇ ਆ ਵੀ ਚਾਹ ਮੱਠੀਆਂ ਤੇ ਨਾਲ ਬਿਸਕੁਟ ਉਹ ਵੀ ਪੀਪੇ ਵਾਲੇ ਮਿਲਦੇ ਆ। ਕਾਸ਼ ਉਦੋਂ ਕਿਤੇ ਮੈਂ ਨਾਟਕਾਂ 'ਚ ਹਿੱਸਾ ਲਿਆ ਹੁੰਦਾ, ਕਾਸ਼ ਮੈਂ ਰੰਗਮੰਚ ਨਾਲ ਜੁੜਿਆ ਹੁੰਦਾ। ਪਰ ਮੈਨੂੰ ਜਿੱਥੋਂ ਤੱਕਰ ਪਤਾ ਵੀ ਸਟਾਰਟਿੰਗ ਤਾਂ ਹੋਈ ਵੀ ਹੈ। ਮੈਂ ਜਦੋਂ ਸਾਖਰਤਾ ਲੈ ਚਲੀ ਸੀ ਯਾ ਉਦੋਂ ਗਿਆਨ ਵਿਗਿਆਨ ਸੰਤੀ ਆਪਣੇ ਸਿੰਗਲਾ ਸਾਹਿਬ ਵਰਗੇ ਹੁੰਦੇ ਸੀ। ਹਾਂਜੀ ਹਾਂ, ਮੇਰੇ ਧਿਆਨ ਚ ਆ ਉਦੋਂ ਕੀਤੇ ਆ ਥੋੜੇ ਬਹੁਤ, ਕਾਫੀ ਗੱਲਾਂ ਚੇਤੇ ਆ ਤੁਹਾਡੇ। ਹਾਂ ਬਿਲਕੁਲ, ਫਿਰ ਇਸ ਹਿਸਾਬ ਨਾਲ ਤਾਂ ਕੰਮ ਚਾਹ ਬਣਦੀ ਸੀ। ਬਹੁਤ ਮਿਹਰਬਾਨੀ ਬਾਜੀ, ਤੁਹਾਡੀਆਂ ਫਿਲਮਾਂ ਆ ਰਹੀਆਂ, ਮੈਨੂੰ ਨਾ ਖੁਸ਼ੀ ਇਸ ਗੱਲ ਕਰਕੇ ਹੁੰਦੀ ਆ ਵੀ ਸਾਡੇ ਰੰਗ ਮੰਚ ਵਾਲੇ ਸਤਿਕਾਰ ਤਵੀਰ ਆ ਜਿਹੜੇ, ਉਹਨਾਂ ਨੂੰ ਸਹਿਯੋਗੀ ਕਿਰਦਾਰ ਮਿਲਣੇ ਸ਼ੁਰੂ ਹੋਏ ਤੇ ਹੁਣ ਉਹ ਮੁੱਖ ਕਿਰਦਾਰਾਂ ਦੇ ਵਿੱਚ ਆਉਣ ਲੱਗ ਗਏ, ਤੇ ਬੰਦੇ ਦਾ ਆਪਦਾ ਕਿਰਦਾਰ ਵੀ ਬਹੁਤ ਵਧੀਆ ਹੋਣਾ ਚਾਹੀਦਾ, ਤੁਹਾਡਾ ਦੋਵਾਂ ਦਾ ਸੰਘਰਸ਼ੀਲ ਕਿਰਦਾਰ ਆ ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਟਣਾ ਟਣੋ, ਬਹੁਤ ਵਧੀਆ ਗੱਲ। ਬਿਲਕੁਲ, ਮਜ਼ੇ 'ਚ ਰਹੀਦਾ ਅਸੀਂ। ਇੰਨੀ ਸਹਿਜਤਾ ਮਾਵੇ ਵਰਗੀ, ਕਈ ਬੰਦੇ ਕਹਿੰਦੇ ਮਾਵਾ ਕਿਹੜਾ ਪੱਗ ਵਾਲਾ ਮਾਵਾ ਕਿ ਦੂਜਾ ਮਾਵਾ, ਮੈਂ ਉਹਨਾਂ ਮੁੱਦੇ ਤੇ ਓਕੇ। ਕਈ ਬੰਦੇ ਕਹਿੰਦੇ ਆ ਪ੍ਰਿੰਸ ਕਮਲਜੀਤ ਗੋਲਾ ਖਾ ਕੇ ਨਾ ਇੱਕ, ਕਈ ਬੰਦੇ ਨਹੀਂ ਸਾਰੇ ਹੀ ਕਹਿੰਦੇ, ਮੈਂ ਜਿੰਨੀਆਂ ਇੰਟਰਵਿਊ ਕੀਤੀਆਂ ਸਾਰਿਆਂ ਲਈ ਸਵਾਲ ਇਹ ਕਹਿੰਦੇ ਨਾਗਣੀ ਖਾ ਕੇ ਨਾ ਉੱਤੇ ਜਦੋਂ ਪੂਰੀ ਸੰਘਣੇ ਮਿੱਠੇ ਵਾਲੀ ਚਾਹ ਪੀ ਲੈਂਦਾ ਫਿਰ ਜਦੋਂ ਖਿੜਦਾ ਫਿਰ ਕਹਿੰਦਾ ਪੰਮਾ ਐਂ ਕਰੂਗਾ। ਨਹੀਂ ਅਸਲ 'ਚ ਇਹ ਸੁਭਾਅ ਜਾਂ ਘਰੋਂ ਆਪਣੇ ਘਰ ਦਾ ਮਾਹੌਲ, ਹਾਂ ਵੀ ਵਾਹਿਗੁਰੂ ਨਾਲ ਤਕਰੀਬਨ ਸਾਰੇ ਜ਼ਿਆਦਾ ਜੁੜੇ ਹੋਏ, ਪੜਦਾਦਾ ਜੀ ਪਾਠ ਕਰਦੇ ਸੀ, ਦਾਦਾ ਜੀ ਕਰਦੇ ਸੀ, ਉਹ ਸਹਿਜਤਾ ਵਾਲੀ ਗੱਲ ਤਾਂ ਉੱਥੋਂ ਹੀ ਮੈਨੂੰ ਆਈ ਹੋਈ, ਮੇਰੇ ਮਾਤਾ ਜੀ ਹੋ ਗਏ, ਡੈਡੀ ਹੋ ਗਏ, ਵੀ ਐਂ ਜੇ ਨਹੀਂ ਸਾਡੇ 'ਚ ਹੈਗਾ ਵੀ ਛੇਤੀ 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 ਛੇਤੀ। ਜੇ ਤੁਹਾਨੂੰ ਯਾਦ ਹੋਵੇ ਵੀ ਉਦੋਂ
अपने उधर कंपनियां जी आ गया भी तीन मेंबर बनो ते गां इन्ने पैसे थोनू ते तुसी गोल्ड बन जाओगे वो कर जाओगे ते उदो मेरी दुकान मुंडिया दी सी कपड़े वाली ते मेरे कोले बहुत जनता आउंदी सी निशाना मैं हुंदा सी हरेक दा पहला उन्हें कहना भाई भी तू तो बहुत छेती बनाएगा मेंबर मुंबर भी तेरे का बने ला तेन लख का चैक डिगया करूँ अच्छा मैं आई हुंदा सी भी नहीं यार मैं 1500 रुपया दिहाड़ी स्टार्ट जिहड़ी सी भी मैं जो सेल मेरी 1500 हो जाती ना ओके आपां लगे रहना हौली हौली भी मैं रातों रात अमीर होने वाला मेरा चक्कर है नहीं मैं हौली हौली लगे रहना ए नजारा ए सवाद है उदों भी यही रहा भी ए जे लग्या नहीं भी बस अज ए कर देंगे कलू ए कर देंगे ਜਿਵੇਂ ਜੇ ਹੁੰਦਾ ਸਮਾਂ ਉਹਦੇ ਅਨੁਸਾਰ ਟਲਦਾ ਰਹਿਣਾ ਪੋਜ਼ਿਟਿਵ ਹੀ ਹੈ ਬਸ ਬਹੁਤ ਨੈਗੇਟਿਵ ਨਹੀਂ ਹੋਣਾ ਕਦੇ ਮੈਨੂੰ ਜਿਵੇਂ ਕੱਲ੍ਹ ਕੋਈ ਪੁੱਛਦਾ ਸੀ ਵੀ ਪ੍ਰਿੰਸ ਕਮਲਜੀਤ ਵੀ ਜੇ ਇੱਕ ਸ਼ਬਦ 'ਚ ਬੋਲਣਾ ਹੋਵੇ ਤਾਂ ਮੈਂ ਕਿਹਾ ਯੈਸ ਹਾਂ ਬਹੁਤ ਖੂਬ ਨੋ ਨਹੀਂ ਨਾ ਨਹੀਂ ਬਹੁਤ ਅੱਛਾ ਹਾਂ ਪਰ ਅੱਜ ਦਾ ਜ਼ਮਾਨਾ ਤਾਂ ਵੀਰੇ ਇੰਨਾ ਤੇਜ਼ੀ ਵਾਲਾ ਹੈ ਲੋਕ ਭੱਜੀ ਜਾਂਦੇ ਨੇ ਇੱਕ ਦੂਜੇ ਨੂੰ ਆਪਣਿਆਂ ਨੂੰ ਹੀ ਬਹੁਤੀ ਵਾਰ ਪਿੱਛੇ ਛੱਡ ਜਾਂਦੇ ਨੇ ਬੰਦੇ 'ਚ ਬੰਦਾ ਵੱਜਦਾ ਤੇ ਇਹੋ ਜੇ ਇੰਨੇ ਤੇਜ਼ ਜ਼ਮਾਨੇ 'ਚ ਇੰਨਾ ਠੰਡਾ ਸੁਭਾਅ ਮੈਨੂੰ ਕਹਿੰਦਾ ਵੀਰੇ ਕਿੱਥੋਂ ਮੈਂ ਕਿਹਾ ਵੀ ਮੈਂ ਕੋੜਕਪੁਰੇ ਕਹਿੰਦੇ ਅੱਛਾ ਕਿੱਧਰ ਜਾਣਾ ਮੈਂ ਕਹਿ ਰਿਹਾ ਕਹਿੰਦਾ ਗੱਡੀਆਂ ਤੇ ਤਿੰਨ ਆਂਗੀਆਂ ਉਹ ਪਾਸੇ ਖੜਾ ਦੀ ਸੈਕਟ ਸੁਕਟ ਪੀ ਜਾਂਦਾ ਹੈ ਮੈਂ ਕਿਹਾ ਯਾਰ ਵੀ ਭੀੜ ਹੀ ਬਹੁਤ ਹੁੰਦੀ ਲੋਕ ਕਾਹਲੀ ਬਹੁਤ ਆ ਲੋਕਾਂ ਨੂੰ ਆਏ ਕਹਿੰਦਾ ਫਿਰ ਇੱਕ ਕੰਮ ਕਰਿਆ ਕਰ ਆਹ ਹੁਣ ਇਕੱਠ ਜਿਹਾ ਹੋ ਗਿਆ ਮੈਂ ਹਾਂ ਕਹਿੰਦਾ ਮੂਹਰੇ ਜਿਹੇ ਹੋ ਕੇ ਖੜ ਜਾ ਧੱਕੇ ਮਾਰ ਕੇ ਚੜਾ ਲੈਣਗੇ ਜਦੋਂ ਉਤਰਨਾ ਹੋਇਆ ਫਿਰ ਮੂਹਰੇ ਜਿਹੇ ਹੋਈ ਧੱਕੇ ਮਾਰ ਕੇ ਮੇਰਾ ਕੰਮ ਉਹੀ ਆ ਮੈਂ ਵਿੱਚ ਜੇ ਫਿਰਦਾ ਧੱਕੇ ਮਾਰ ਕੇ ਗਾਹ ਲੈ ਜਾਂਦੇ ਆ ਜੇ ਕਹਿਣ ਤੇ ਲੱਗਦਾ ਵੀ ਨਹੀਂ ਇੱਥੇ ਨਹੀਂ ਉਹ ਧੱਕੇ ਮਾਰ ਕੇ ਪਿੱਛੇ ਕਰ ਦਿੰਦੇ ਆਪਾਂ ਫਿਰ ਖੜ ਜਾਈਦਾ ਫਿਰ ਪਿੱਛੋਂ ਦੇਖੋ ਵਹਾ ਤਾਂ ਪਿੱਛੋਂ ਆਉਣਾ ਹੀ ਹੈ ਮੇਰੀ ਮਾਤਾ ਨੇ ਇੱਕੋ ਹੀ ਗੱਲ ਸਿਖਾਈ ਸਟੈਬਲ ਕੋਈ ਚੀਜ਼ ਨਹੀਂ ਰਹਿੰਦੀ ਉਤਰਾਅ ਚੜਾ ਆਉਂਦੇ ਆ ਪਿੱਛੋਂ ਵਹਾ ਆਉਣਾ ਹੀ ਹੈ ਤੁਸੀਂ ਪਿੱਛੇ ਦੇਖ ਕੇ ਡਰਨ ਦੀ ਬਜਾਏ ਖੜੇ ਰਹੋ ਉਹਨੇ ਤੁਹਾਨੂੰ ਗਾਹ ਲੈ ਵਾਹ ਬਹੁਤ ਖੂਬ ਰਘਵੀਰ ਭਾਈ ਜੀ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਜੀ ਬਾਈ ਪਰ ਉਸ ਤੋਂ ਵੀ ਪਹਿਲਾਂ ਤੁਸੀਂ ਰੰਗ ਮੰਚ ਦੇ ਬੜੇ ਗੂੜ ਗਿਆਨੀ ਬਣ ਕੇ ਵਿਚ ਰਹੇ ਹਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਿਚ ਰਹੇ ਹਾਂ ਪਰ ਕੀ ਲੱਗਦਾ ਵੀ ਭਾਈ ਅੱਜ ਰੰਗ ਮੰਚ ਨੂੰ ਪੰਜਾਬੀ ਸਿਨੇਮੇ ਦੇ ਵਿੱਚ ਓਨੀ ਗੂੜੀ ਥਾਂ ਮਿਲ ਗਈ ਮਿਲਣੀ ਚਾਹੀਦੀ ਹੈ ਜਾਂ ਮਿਲਣੀ ਸ਼ੁਰੂ ਹੋਈ ਹੈ ਨਹੀਂ ਰੰਗ ਮੰਚ ਨੂੰ ਤਾਂ ਜਗ੍ਹਾ ਸ਼ੁਰੂ ਤੋਂ ਮਿਲੀ ਹੋਈ ਆ ਕਿਉਂਕਿ ਜੇ ਆਪਾਂ ਪਿੱਛੇ ਵੀ ਜਾਂਦੇ ਹਾਂ ਚਾਹੇ ਮੜੀਆ ਦੀਵਾ ਸੀ ਜਾਂ ਚੰਨ ਬਦੇ ਸੀ ਉਹ ਸਾਰੇ ਰੰਗ ਕਰਮੀ ਹੀ ਪਹਿਲਾਂ ਆਏ ਸਾਰੇ ਹੈ ਨਾ ਤਾਂ ਹੁਣ ਵੀ ਜਿੰਨੇ ਕੰਮ ਕਰ ਰਹੇ ਨੇ ਜੇ ਅਸੀਂ ਬਿੰਨੂ ਬਾਈ ਹੋਰਾਂ ਤੋਂ ਰਾਣੇ ਬਾਈ ਹੋਰਾਂ ਤੋਂ ਘੁੱਗੀ ਬਾਈ ਹੋਰਾਂ ਤੋਂ ਲਏ ਸਾਰੇ ਰੰਗ ਕਰਮੀ ਨੇ ਤਾਂ ਉਹ ਤਾਂ ਮਿਲੀ ਹੋਈ ਆ ਜਗ੍ਹਾ ਤਾਂ ਮਿਲੀ ਹੋਈ ਆ ਪਰ ਇਹ ਹੁੰਦਾ ਵੀ ਜਿਵੇਂ ਵਾਰੀ ਆ ਜਿਵੇਂ ਬਾਈ ਨੇ ਕਿਹਾ ਸੀ ਵੀ ਜਦੋਂ ਜਿੱਦ ਨੂੰ ਵੇਪ ਚੱਲਦੀ ਆ ਉਹਦੇ ਵਿੱਚ ਕੁਛ ਰੰਗ ਕਰਮੀ ਖੜੇ ਹੁੰਦੇ ਉਹਨਾਂ ਨੂੰ ਧੱਕਾ ਵੱਜਦਾ ਹੈ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਵਾ ਉਹਦਾ ਹੁਨਰ ਦਿਖਾ ਦਿੰਦੇ ਆ ਅਗਲਾ ਕਹਿੰਦਾ ਵੀ ਇਹ ਕਿੱਥੋਂ ਆ ਜਿਵੇਂ ਹੁਣ ਬਾਈ ਨੂੰ ਕਹਿੰਦੇ ਹੁੰਦੇ ਆ ਵੀ ਯਾਰ ਇਹ ਕਿੱਥੇ ਸੀ ਬੰਦਾ ਯਾਰ ਬਾਬੇ ਬਾਲਾ ਘੈਂਟ ਯਾਰ ਇਹ ਹਨਾ ਜਮਾਂ ਮਨੋਜ ਵਾਏ ਪਾਈ ਮਾਹੌਲ ਯਾਰ ਕਿੱਥੇ ਸੀ ਹੈ ਕਿਤੇ ਇੱਥੇ ਸੀ ਵੀ ਗੱਲ ਵੀ ਉਹ ਭੀੜ ਦੇ ਵਿੱਚ ਸੀਗੇ ਜਦੋਂ ਬਾਈ ਦੀ ਕਹਿਣ ਵਾਂਗੂ ਵੀ ਜਦੋਂ ਹੁਲਾਰਾ ਵੱਜਿਆ ਸਟੇਜ ਮਿਲ ਗਈ ਸਟੇਜ 'ਤੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲ ਗਿਆ ਟਾਈਮ ਮਿਲ ਗਿਆ ਅਤੇ ਮਾਹੌਲ ਬਣ ਗਿਆ ਰੰਗ ਕਰਮੀ ਤਾਂ ਹੈਗੇ ਰੰਗ ਔਰ ਰੰਗ ਕਰਮੀਆਂ ਦਾ ਹੀ ਉੱਦਾਂ ਦਾ ਕੰਮ ਤਾਂ ਜਿਹੜਾ ਐਕਟਿੰਗ ਆ ਲਾਲੋ ਅਦਾਕਾਰੀ ਇਹ ਤਾਂ ਰੰਗ ਕਰਮੀਆਂ ਦਾ ਹੀ ਕੰਮ ਜੀ ਤਾਂ ਹੈਗੇ ਨੇ ਤਾਂ ਉਹਨਾਂ ਨੂੰ ਮੌਕਾ ਮਿਲ ਰਿਹਾ ਤੁਸੀਂ ਤਾਂ ਰੰਗ ਮੰਚ ਨਾਲ ਜੁੜੇ ਹੋਏ ਬੰਦੇ ਬੜੇ ਸਹਿਜ ਹੁੰਦੇ ਆ ਭੀੜ ਤੋਂ ਪਰੇ ਹੁੰਦੇ ਆ ਜ਼ਿੰਦਗੀ ਦੇ ਫਲਸਫੇ ਨੂੰ ਸਮਝਣ ਵਾਲੇ ਹੁੰਦੇ ਆ ਆਮ ਨਾਲੋਂ ਵੱਖਰੇ ਜਿਹੇ ਹੁੰਦੇ ਆ ਉਹ ਕਾਹਲੀ ਦੇ ਵਿੱਚ ਤੱਤ ਭੜੱਤੇ ਘੱਟ ਹੁੰਦੇ ਆ ਪਰ ਜਿਹੜੀਆਂ ਫਿਲਮਾਂ ਕਰਦਾ ਪ੍ਰਿੰਸ ਕਮਲਜੀਤ ਉਹ ਭਾਵੇਂ ਚੇਤਾ ਸਿੰਘ ਹੋਵੇ ਭਾਵੇਂ ਉਸ ਤੋਂ ਪਹਿਲੀ ਵਾਰ ਨਹੀਂ ਹੋਵੇ ਭਾਵੇਂ ਦੂਜੀ ਵਾਰ ਨਹੀਂ ਹੋਵੇ ਉਹਦੇ ਵਿੱਚ ਬੰਦਾ ਮਾਰੇ ਬਿਨਾਂ ਕਹਿੰਦੇ ਵੀ ਇਹਨੂੰ ਚੰਗੀ ਨਹੀਂ ਚੀਜ਼ ਲੱਗਦੀ ਹੁਣ ਤਾਂ ਸਾਨੂੰ ਇਉਂ ਲੱਗਦਾ ਵੀ ਇੱਕ ਤਾਂ ਸਿਰਾਣੇ ਪਿਸਤੌਲ ਨਾ ਰੱਖੇ ਸ਼ਾਇਦ ਨੀਂਦ ਨਾ ਆਵੇ ਲੋਕਾਂ ਨੂੰ ਇਉਂ ਲੱਗਦਾ ਵੀ ਇਹ ਗੋਲੀਆਂ ਬੰਦੂਕ ਬੰਬ ਇੰਨਾ ਕਿਉਂ ਇਹ ਮੈਨੂੰ ਐਂ ਲੱਗਦਾ ਹੁੰਦਾ ਵੀ ਉਹ ਪਹਿਲਾਂ ਹੈ ਨਹੀਂ ਸੀ ਉਹ ਚੀਜ਼ ਹੈ ਨਹੀਂ ਸੀ ਆਪਣੇ ਤੇ ਜਿਹੜਾ ਬਚਪਨ ਸਾਡਾ ਨਿਕਲਿਆ ਅਸੀਂ ਤਾਂ ਵੀ ਡਾਕੂਆਂ ਵਾਲੀਆਂ ਫਿਲਮਾਂ ਹੀ ਦੇਖੀਆਂ ਸੁਨੀਲ ਦੱਤ ਵਰਗੇ ਵਿਨੋਦ ਖੰਨੇ ਵਰਗੇ ਮੈਨੂੰ ਯਾਦ ਆ ਸਾਡੇ ਬਿੰਦਰ ਸੀ ਰਕਸ਼ੇ ਵਾਲਾ ਗੇਜੀ ਚਾਚਾ ਹੁੰਦਾ ਸੀ ਸਾਨੂੰ ਉਹਨਾਂ ਤੋਂ ਪਤਾ ਲੱਗ ਜਾਂਦਾ ਸੀ ਵੀ ਵਿਨੋਦ ਖੰਨੇ ਜਾਂ ਸੁਨੀਲ ਦੱਤ ਦੀ ਫਿਲਮ ਲੱਗੀ ਆ ਕਿਉਂਕਿ ਉਹਨਾਂ ਦੇ ਕਾਲੇ ਟਿੱਕੇ ਲੱਗੇ ਹੁੰਦੇ ਸੀ ਸਹੀ ਉਹ ਅਸੀਂ ਰਹੇ ਉਹ ਮਾਹੌਲ 'ਚ ਫਿਲਮੀ ਮਾਹੌਲ 'ਚ
डाकू सानू भी रंजीत अर्ग ते जी चमरीश पुरी रंजीत शक्ति कपूरे है नहीं सानू फिल्म ही नहीं लगती होंदी सी शुरू तो ही माहौल में रहा मैं सानू कहा भी इदा उदों भी हुण आपां नूं वैसे ही लगन लग गया हुण जे आपां पिछे जाइए आपां गल करदे धर्मवीर फिल्म दी राज तिलक राजपूत रजिया सुल्तान होर उदों बंदूकां बदाक इन्नियां नहीं सी उदों कृपाना तीर कमान जे हो गए भी ओह जदों तीर जा चलाउंदा प्राण ते जाके ओहदी मां दे वजदी जतिंदर जां तुसीं कुली आ जाओ अमिताभ बच्चन दी भी ऐ पिस्तौल ते बाज जा बैठा बाज पिस्तौल खो के लै गया परिवार फिल्म आई सी मिठण दी ओह जिच बांदर ते कुत्ता सीगे ओह चक के पिस्तौल चलाउंदे फिरदे गुरदासपुर मेरे तो मनो उदो लते छोटा हुंदा सी जीत फिल्म बड़ी चलदी सी तां मैं पहली वारी उदों मैनूं उदों तों शुरू तों सीगा इदां दा वी मैं जिवें नखला लाउंदा रहिंदा सीगा गली वालिआं दीआं मास्टरां दीआं जे वो जीत फिल्म देखी अच्छा मेरे जिहड़े दोस्त सी बई जो फिल्म देख लाते किसी ने बीसीआर से देख ली जब एतवार को जी देख ली स्कूल जाके कहने से भी किसी ने कहानी नहीं सुनानी भी रघुवीर सुनाऊगा हूँ मैं सुना विद म्यूजिक भी सनी देओल आया भी टैं 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 टन टन ऐ सवाल आना तो मैं हौली हौली उदो थोड़ा बहुत रियाज कर लगे मैं हर बोलते कि मैंने फिर मैं राजदूत दे विचों सनी देओल की आवाज कड़ी सी अच्छा जिवें राजदूत चलता हूँ मैं ਏਦਾਂ ਵਾਲਾ ਮਾਹੌਲ ਹੁਣ ਉਹਦੇ ਵਿੱਚੋਂ ਆ ਗਿਆ ਬਾਬੂ ਜੀ ਮੈਂ ਕੱਲ ਸੇ ਬਹੁਤ ਪਿਆਰ ਕਰਤਾ ਹੂੰ ਹਨਾ ਮਤਲਬ ਵੀ ਉਹ ਫਿਰ ਜਦੋਂ ਐਂ ਕਰਨ ਲੱਗ ਗਏ ਤਾਂ ਸਵਾਦ ਆਉਣ ਲੱਗ ਗਿਆ ਨਾ ਹਨਾ ਹਾਂ ਤੇ ਏਦਾਂ ਕਰਦੇ ਕਰਦੇ ਅਸਰ ਤਾਂ ਹੈਗਾ ਹੀ ਆ ਫਿਰ ਕਾਲਜ 'ਚ ਗਏ ਪਤਾ ਲੱਗਿਆ ਵੀ ਇਹਨੂੰ ਮਮਿਕਰੀ ਕਹਿੰਦੇ ਆ ਅੱਛਾ ਤਾਂ ਸੁਨੀਲ ਸ਼ੈਟੀ ਇਹ ਅਮਰੀਸ਼ ਜੀ ਉਹ ਤਾਂ ਚਲੋ ਰਿਆਜ਼ ਹੁੰਦਾ ਸੀ ਉਹ ਚੀਜ਼ ਦਾ ਹੁਣ ਉਹਨਾਂ ਨਹੀਂ ਹੈਗਾ ਤਾਂ ਉਹਦੇ ਵਿੱਚ ਗੋਲਡ ਲਏ ਸਾਰੀਆਂ ਚੀਜ਼ਾਂ ਮੋਨੋ ਐਕਟਿੰਗ ਕਰਦੇ ਰਹੇ ਹਨਾ ਤਾਂ ਇਹ ਸੀ ਵੀ ਉਹਨਾਂ ਦਾ ਅਸਰ ਸੀਗਾ ਉਹ ਅੰਦਰ ਆਈਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਖਿਆਲ 'ਚ ਇਹ ਵੀ ਰਿਹਾ ਵੀ ਉਹਦੇ ਕਰਕੇ ਸਮਾਂ ਜੇ ਅਸੀਂ ਉਹਨੂੰ ਕਾਪੀ ਕਰਦੇ ਸੀਗੇ ਤਾਂ ਮੇਰੇ 'ਚ ਉਹ ਚੀਜ਼ਾਂ ਦੇ ਹੋਰ ਜ਼ਿਆਦਾ ਪਰ ਤੁਸੀਂ ਬੜੀ ਸੋਹਣੀ ਗੱਲ ਕੀਤੀ ਵੀ ਨਕਲਾਂ ਲਾਉਂਦੇ ਸੀ ਮਮਿਕਰੀ ਕਰਦੇ ਸੀ ਵੀ ਤੁਸੀਂ ਸਨੀ ਦਿਓਲ ਧਰਮਿੰਦਰ ਸੁਨੀਲ ਸ਼ੈਟੀ ਜੇ ਹੁਣ ਮੇਰੇ ਮਨ ਦੇ ਵਿੱਚ ਇੱਕਦਮ ਗੱਲ ਆਵੇ ਵੀ ਤੁਸੀਂ ਪ੍ਰਿੰਸ ਕਮਲਜੀਤ ਬਾਈ ਦੀ ਕਰਕੇ ਦਿਖਾਓ ਕਰਦਾ ਮੇਰੇ ਮੂਹਰੇ ਕਦੇ ਨੇ ਕੀਤੀ ਨਹੀਂ ਇਹ ਤੋਂ ਕਰਾਓ ਮੈਨੂੰ ਸਾਰੇ ਕਹਿੰਦੇ ਵੀ ਬੋਲੀ 'ਚ ਨਹੀਂ ਕਰਦਾ ਨਾ ਕੋਈ ਨਹੀਂ ਉਹ ਤੋਂ ਕਰਾਓ ਮੈਂ ਤੇਰੀ ਇੰਨੀ ਮਿਹਨਤ ਕਰਦਾ ਹੁੰਦਾ ਇਹਨੇ ਕੀਤੀ ਨਹੀਂ ਮੈਨੂੰ ਹਮੇਸ਼ਾ ਹੀ ਸਾਰੇ ਕਹਿੰਦੇ ਵੀ ਜਿਹੜਾ ਬੋਲੀ ਨੇਰੀ ਲਿਆਉਂਦਾ ਬਾਈ ਜੀ ਤੁਸੀਂ ਅੱਖਾਂ ਬੰਦ ਕਰ ਲਓ ਉਹ ਫੇਰ ਕਰ ਲਈਏ ਮੈਂ ਸਿਰਫ ਸੁਣ ਲੈਂਦਾ ਤੁਸੀਂ ਅੱਖਾਂ ਬੰਦ ਕਰੋ ਬਾਈ ਸਾਹਮਣੇ ਨਹੀਂ ਹੋਣੀ ਮੈਂ ਉਦੋਂ ਦਾ ਕਰ ਲਾਂਗਾ ਗੰਡਾਸਿਆਂ ਵਾਲੀਆਂ ਗੱਲਾਂ ਇੰਨੇ ਕਾਪੇ ਕਿਉਂ ਚਲਾਉਣੇ ਆ ਤੁਸੀਂ ਹਿੰਸਕ ਵਰਤਾਰੇ ਨਾਲ ਇੰਨੇ ਕਿਉਂ ਜੁੜ ਗਏ ਆ ਗੱਲ ਪਤਾ ਕੀ ਹੈ ਅਸਲ ਚ ਸ਼ੁਰੂ ਤੋਂ ਹੀ ਉਹ ਮਾਹੌਲ ਰਿਹਾ ਵਿਨੋਦ ਖੰਨਾ ਅਮਰੀਸ਼ ਪੁਰੀ ਉਹ ਚੀਜ਼ਾਂ ਜਦੋਂ ਦੇਖਦੇ ਸੀ ਠਹਿ 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 ਖਤਮ ਅੰਦਰ ਆ ਗਈਆਂ ਸਵਾਦ ਹੀ ਬਹੁਤ ਹੁੰਦਾ ਨਾ ਵੀ ਜਿਹਦੀ ਮਮਿਕਰੀ ਕਰਦੇ ਕੋਲ ਹੋਵੇ ਹੁੰਦਾ ਨੀ ਪਰ ਬਾ
ਭਾਈ ਅੱਜ ਇੱਛਾ ਪੂਰੀ ਹੋ ਗਈ ਹਾਂ ਹੈ ਨਾ ਵੇਖ ਮੇਰੀ ਬੋਲੀ ਨਾਲ ਵੀ ਮਾਹੌਲ ਬਹੁਤ ਸੈਟ ਰਹਿੰਦਾ ਹਾਂ ਮੈਂ ਤਾਂ ਕਹਿਣਗੇ ਵੈਸੇ ਮੇਰੀ ਬੋਲੀ ਆ ਜਿਹੜੀ ਬੋਲੀ ਦੇ ਨਾਲ ਬੋਲ ਬਣੀ ਬੰਦਾ ਅੱਜ ਤੋਂ ਬੰਦਾ ਹੈ ਬੋਲ ਬਣੀ ਬੰਦਾ ਬੋਲੀ ਨਾਲ ਜਦੋਂ ਅਸੀਂ ਭਾਈ ਇਕੱਠੇ ਹੁੰਦੇ ਆ ਨਾ ਕਿਸੇ ਵੀ ਸੈਟ ਤੇ ਬਹੁਤ ਹੱਸਦੇ ਆ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਵੀ ਸਭ ਤੋਂ ਵੱਧ ਅਸੀਂ ਹੱਸਦੇ ਹੁੰਦੇ ਹਾਂ ਸਾਨੂੰ ਜਿਵੇਂ ਗਿੱਪੀ ਭਾਈ ਕਹਿੰਦੇ ਉਹ ਤੁਹਾਨੂੰ ਕੀ ਲੱਭ ਗਿਆ ਹੈ ਜੀ ਬਹੁਤ ਕਦੇ ਕਿ ਉਧਰ ਬੈਠਾ ਮੈਂ ਕਹਿੰਦਾ ਭਾਈ ਉਹ ਦੇਖੀ ਜਾਂ ਜਿਵੇਂ ਸੋਈ ਸਾ ਕਿਵੇਂ ਹੈ ਹਨਾ ਉਹਨਾਂ ਦੀਆਂ ਕਰਕੇ ਗੱਲਾਂ ਸਾਰੇ ਦੀਆਂ ਕਰਕੇ ਬਹੁਤ ਨਜਾਇਜ਼ ਹੱਸਦੇ ਆ ਫਿਰ ਜਾਂ ਪਿਛਲੀਆਂ ਗੱਲਾਂ ਕਰਨ ਲੱਗ ਗਏ ਨੇ ਭਾਈ ਨਾ ਬਹੁਤ ਸੀ ਭਾਈ ਜੀ ਇਸ ਫਿਲਮ ਦੇ ਵਿੱਚ ਮਤਲਬ ਹੋਰ ਫਿਲਮਾਂ 'ਚ ਅਸੀਂ ਵੇਖਦੇ ਹਾਂ ਬੰਦੂਕਾਂ ਚੱਲਦੀਆਂ ਨੇ ਕੋਈ ਜ਼ਮੀਨ ਪਿੱਛੇ ਕੋਈ ਪੈਸੇ ਪਿੱਛੇ ਕੋਈ ਹੋਰ ਕਿਸੇ ਗੱਲ ਪਿੱਛੇ ਮੰਜੇ ਦਾ ਬੜਾ ਰੌਲਾ ਮੰਜੇ ਤੇ ਨਹੀਂ ਬਹਿਣਾ ਉਹ ਕਿਤੇ ਮੇਰੇ ਵਾਲੇ ਮੰਜੇ ਤੇ ਤਾਂ ਨਹੀਂ ਬਹਿ ਗਿਆ ਮੰਜਾ ਕਿਹਦਾ ਹੈ ਮੰਜਾ ਹੀ ਹੋਈ ਜਾਂਦਾ ਜੀ ਹੁਣ ਦੇਖੋ ਮੰਜਾ ਹੈਗਾ ਸਿੰਘਾਸਨ ਤੇ ਸਿੰਘਾਸਨ ਪਿੱਛੇ ਤਾਂ ਤੁਸੀਂ ਲੜਾਈ ਕੀ ਦੇਸ਼ਾਂ ਦੇ ਦੇਸ਼ ਖਤਮ ਹੁੰਦੇ ਆ ਜੀ ਬਹੁਤ ਬੁਰਾ ਹਾਲ ਹੁੰਦਾ ਆਪਣੇ ਘਰਾਂ ਦੇ ਵਿੱਚ ਹੁੰਦਾ ਸੀਗਾ ਵੀ ਜਿਹੜਾ ਵੱਡਾ ਬਜ਼ੁਰਗ ਆ ਉਹਦਾ ਵੱਡੇ ਪਾਵਿਆਂ ਵਾਲਾ ਹੁੰਦਾ ਸੀ ਉਹਦੇ ਜਾਣ ਤੋਂ ਬਾਅਦ ਉਹ ਹੋਰ ਜਿਹੜਾ ਘਰ 'ਚ ਵੱਡਾ ਉਹਦੇ ਕੋਲੇ ਉਹਦਾ ਹੋ ਗਿਆ ਸੇਮ ਹੀ ਹੈ ਬਸ ਉਹੀ ਮੰਜੇ ਦੀ ਇਹੀ ਲੜਾਈ ਸੰਘਾਸਨ ਦੀ ਲੜਾਈ ਹੈ ਵੀ ਹਾਂ ਕੀ ਬਾਤ ਉਦਾਂ ਦਾ ਹੀ ਮਾਹੌਲ ਤੇ ਇਹਦੇ ਵਿੱਚ ਵਾਰਨਿੰਗ ਯਾਨੀ ਕਿ ਚੇਤਾਵਨੀ ਦਿੱਤੀ ਕਿਹਨੂੰ ਆ ਇਹਦੇ ਵਿੱਚ ਪਿਛਲੀ ਵਾਰੀ ਤਾਂ ਇੱਕ ਦੋ ਜਣੇ ਸੀ ਐਕਟੀ ਬਹੁਤ ਨੂੰ ਦਿੱਤੀ ਐਸ ਕੀ ਬੰਦੇ ਵੱਧ ਗਏ ਐਕਟੀ ਥੋੜਾ ਜਿਹਾ ਟ੍ਰੈਂਡ ਚੇਂਜ ਆ ਇਹਦੇ ਵਿੱਚ ਮਾਹੌਲ ਉਹਨੂੰ ਕਹਿੰਦਾ ਇੱਕ ਨੂੰ ਵੀ ਉਹ ਬੱਚੀਆਂ ਨਾਲ ਗਲਤ ਕੰਮ ਕਰਨ ਦੇ ਉਹਦੇ 'ਚ ਜੇਲ੍ਹ 'ਚ ਹੁੰਦਾ ਉੱਥੇ ਵੀ ਨਹੀਂ ਹਟਦਾ ਉਹਦੇ ਕੋਲ ਜਾਂਦਾ ਬੀੜੀ ਜੀ ਪੀ ਜਾਂਦਾ ਹੁੰਦਾ ਆਪਣੇ ਖਾਲਸੇ ਕਹਿੰਦੇ ਆ ਨਾ ਵੀ ਜਿਹੜੇ ਬੀੜੀ ਪੀਂਦੇ ਆ ਗਧੀ ਚੁੰਘਣਾ ਉਹਨੂੰ ਕਹਿ ਦਿੰਦੇ ਕਹਿੰਦਾ ਗਧੀ ਚੁੰਘ ਮਹਿਕਮਾ ਤੈਨੂੰ ਪਤਾ ਮੈਂ ਕੌਣ ਆ ਮੈਂ ਵਾਰਨਿੰਗ ਦੇ ਕੇ ਬੰਦਾ ਮਾਰਦਾ ਪੰਮਾ ਮੇਰਾ ਨਾਂ ਪੱਪਾ ਉੱਤੇ ਟਿੱਪੀ ਅਤੇ ਮੰਮੇ ਨੂੰ ਕਰਨਾ ਮੈਨੂੰ ਪਤਾ ਲੱਗਿਆ ਵੀ ਤੂੰ ਬੱਚਿਆਂ ਨਾਲ ਗਲਤ ਕੰਮ ਕਰਦਾ ਸੀ ਤਾਂ ਕੈਦ ਕੱਟਣਾ ਆ ਸੁਧਰਦਾ ਤੂੰ ਹੈ ਨਹੀਂ ਅਤੇ ਵੈਸੇ ਮੈਂ ਵਾਰਨਿੰਗ ਫੋਨ 'ਤੇ ਦੇ ਕੇ ਬੰਦਾ ਮਾਰਦਾ ਅਤੇ ਤੈਨੂੰ ਸਾਹਮਣਿਓਂ ਬਣਦੀ ਹੈ ਨਾ ਤੇਰੇ ਕੋਲ ਹਫ਼ਤੇ ਹੈ ਨਾ ਤੇਰੇ ਕੋਲ ਘੰਟੇ ਤੇਰੀ ਵਾਰੀ ਤਾਂ ਆਈ ਲੈ ਇਹ ਪੰਮਾ ਹੁਣ ਤੁਸੀਂ ਪੰਮੇ ਨੂੰ ਕਿਵੇਂ ਕਹਿ ਦਿਓਗੇ ਵੀ ਪੰਮਾ ਗਲਤ ਬੰਦੂਕ ਚੱਕਦਾ ਜੇ ਬੰਦੇ ਨੂੰ ਇਹ ਮਾਰੂਗਾ ਫਿਰ ਤੁਹਾਡਾ ਤਿੱਖੇ ਬਹੁਤ ਹੋ ਵੀ ਇਹ ਜਿਹੜੀ ਬੰਦੂਕਾਂ ਬੰਦਾ ਕਹਾਣੀ ਗੱਲ ਆ ਜਾਏ ਟ੍ਰੇਲਰ 'ਚ ਅਤੇ ਕਹਾਣੀ ਪੂਰੀ ਸਮਝ ਆਵੇ ਫਿਲਮ 'ਚ ਉਹਦੇ ਲਈ ਬੰਦਾ ਲਾਵੇ 250 ਰੁਪਈਆ ਦੇਖੋ ਜੇ ਆਪਾਂ ਚਾਹੁੰਦੇ ਹਾਂ ਵੀ ਸਾਡੀਆਂ ਪੰਜਾਬੀ ਫਿਲਮਾਂ ਚੱਲਣ ਜਾਂ ਰੰਗਮੰਚ ਵਾਲੇ ਅੱਗੇ ਆਉਣ ਜਾਂ ਰੰਗਮੰਚ ਵਾਲਿਆਂ ਦੀ ਜਿਹੜੀ ਡਿਊਟੀ ਹੈ ਜਿਹੜਾ ਉਹਨਾਂ ਨੇ ਹੁਣ ਤੀਕਰ ਗੱਲਾਂ ਸਿੱਖੀਆਂ ਜੋ ਥਰਡ ਲੇਅਰ ਦੀ ਸਾਡੀ ਹਮੇਸ਼ਾ ਪਿਛਲੀ ਵਾਰਨਿੰਗ 'ਚ ਵੀ ਸੀ ਕਹਿੰਦਾ ਵੀ ਕਾਪੀਆਂ ਕਿਤਾਬਾਂ ਚੱਕਣ ਵਾਲੇ ਹੱਥਾਂ ਨਾਲ ਇੱਟਾਂ ਰੋੜੇ ਚੱਕਣੇ ਔਖੇ ਅਤੇ ਹਥਿਆਰ ਚੱਕਣੇ ਸੌਖੇ ਇਹਦੇ 'ਚ ਵੀ ਹੈਗਾ ਕਹਿੰਦਾ ਨਿੱਕੇ ਹੁੰਦੇ ਡਾਕੂ ਡਾਕੂ ਖੇਡਦੇ ਹੁੰਦੇ ਸੀ ਵੱਡੇ ਹੋ ਕੇ ਸਰਪੰਚ ਤੋਂ ਕੰਮ ਮੰਗਿਆ ਉਹਨੇ ਖੇਡ ਯਾਦ ਰੱਖ ਲਈ ਵੀ ਇਹ ਇਹ ਲੇਅਰ ਆਪਾਂ ਛੱਡਦੇ ਨਹੀਂ ਗੇ ਇਹ ਜ਼ਿੰਮੇਵਾਰੀ ਹੈ ਸਾਡੀ ਚੱਕਰ ਕੀ ਹੈ ਵੀ ਗਾਂ ਸਿੱਧੀ ਦਵਾਈ ਲੈਂਦੀ ਨਹੀਂ ਪੇੜੇ 'ਚ ਲਪੇਟ ਕੇ ਦੇਣੀ ਇਹ ਚੱਕਰ ਆ ਹੋਰ ਕੁਛ ਨਹੀਂ ਚੀਜ਼ਾਂ ਸਾਰੀਆਂ ਹੀ ਆ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹਦੇ 'ਚ ਲੱਗਣਾ ਵੀ ਯਾਰ ਹਾਂ ਆਹ ਰਾਈਟ ਹੈਗਾ ਬੰਦੇ ਆਪਦੀ ਲੇਅਰ ਨਹੀਂ ਛੱਡਦੇ ਪਏ ਲੇਅਰ ਨਹੀਂ ਛੱਡੀ ਹੋਈ ਜਿਹੜੇ ਆਪਣੀ ਜ਼ਿੰਮੇਵਾਰੀ ਹੈ ਹੁਣ ਜੇ ਆਪਾਂ ਕਿਸੇ ਨੂੰ ਡਾਇਰੈਕਟ ਗੱਲ ਸਮਝਾਉਂਦੇ ਅਗਲਾ ਕਹਿੰਦਾ ਵੀ ਤੇਰੇ ਤੋਂ ਤਾਂ ਮੈਂ ਜਾਂਦੇ ਸੀ ਨਾ ਜਿਵੇਂ ਮੈਂ ਹਮੇਸ਼ਾ ਹੀ ਗੱਲ ਕਰਦਾ ਨਾ ਵੀ ਚਾਰ ਜਣੇ ਤੁਰੇ ਜਾਂਦੇ ਆ ਨਾ ਤੁਸੀਂ ਯਕਦਮ ਉਹਨਾਂ ਦੇ ਸਾਹਮਣੇ ਆ ਕੇ ਖੜ ਗਏ ਤਾਂ ਉਹਨਾਂ ਨੇ ਤੁਹਾਨੂੰ ਪਾਸੇ ਕਰਕੇ ਜਾਣਾ ਵੀ ਰਾਹ ਰੋਕਦਾ ਤੁਸੀਂ ਉਹਨਾਂ ਦੇ ਪਿੱਛੇ ਲੱਗ ਜਾਓ ਤੁਸੀਂ ਗੱਲ ਹੀ ਐਸੀ ਤੋਰੋ ਗੱਲ ਸੁਣਾਉਂਦੇ ਸੁਣਾਉਂਦੇ ਨਾਲ ਰਲ ਜਾਓ ਜੇ ਤੁਹਾਡੀ ਗੱਲ 'ਚ ਦਮ ਹੈ ਤਾਂ ਤੁਸੀਂ ਉਹਨਾਂ ਨੂੰ ਖੜਾ ਲਓ ਵੀ ਬਾਈ ਆਹ ਗੱਲ ਤਾਂ ਖੜ ਕੇ ਸੁਣਨ ਵਾਲੀ ਹੈ ਯਾਰ ਫਿਰ ਤੁਰ ਪਓ ਨਾਲ ਲੈ ਕੇ ਤੁਰ ਪਓ ਬਹੁਤ ਬਿਲਕੁਲ ਸਹੀ ਇਹ ਤਾਂ ਗੱਲ ਸਹੀ ਹੈ ਬੋਲੀ ਬਾਈ ਕਿੰਨੇ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦੇ ਹੋ ਫਿਰ ਫਿਲਮ ਦੇ ਵਿੱਚ ਕਹਿੰਦੇ ਸੀਟੀਆਂ ਬਹੁਤ ਵਜਾਈਆਂ ਕਾਫੀ ਤਰ੍ਹਾਂ ਦੀਆਂ ਸੀਟੀਆਂ ਇਹ ਰਾਜ਼ ਕੀ ਹੈ ਸੀਟੀਆਂ ਵਾਲਾ ਸੀਟੀਆਂ ਦਾ ਰਾਜ ਹੈ ਜੀ ਉਹ ਸੀਟੀਆਂ ਵਜਾਉਂਦਾ ਬਹੁਤ ਤਰ੍ਹਾਂ ਦੀਆਂ ਤਾਂ ਕਰਕੇ ਉਹਨੂੰ ਸੀਟੀ ਸੀਟੀ ਕਹਿਣ ਲੱਗ ਗਏ ਜੀ ਤਾਂ ਤੇ ਹਰ ਇੱਕ ਸੀਟੀ ਦਾ ਕੋਈ ਮਤਲਬ ਤਾਂ ਹੋਊਗਾ ਪਿੱਛੇ ਲੁਕਿਆ ਨਹੀਂ ਮਤਲਬ ਦਿਖਾਈਆਂ ਨਹੀਂ ਹੈਗੀਆਂ ਬਹੁਤੀਆਂ ਸੀਟੀਆਂ ਇੱਕ ਹੀ ਦਿਖਾਈ ਹੋਈ ਹੈ ਸੰਤਰੀ ਵਾਲੀ ਉਹਦੇ ਵਿੱਚ ਮਾਰੀ ਆ ਉਦਾਂ ਤਾਂ ਬਾਕੀ ਜਿਹੜੀਆਂ ਸੀਟੀਆਂ ਨੇ ਉਹ ਮਤਲਬ ਉਹਦੇ
ਜਿੱਦਾਂ ਵੀ ਉਹ ਬੈਕ ਐਂਡ ਰੱਖਿਆ ਹੋਇਆ ਇੱਕ ਸਟੋਰੀ ਜਿੱਦਾਂ ਹੁੰਦੀ ਆ ਵੀ ਇਹਦਾ ਨਾਂ ਕਿਉਂ ਪਿਆ ਹੋਊਗਾ ਤਾਂ ਉਹਦੇ ਵਿੱਚ ਉਹ ਦੱਸਿਆ ਵੀ ਇਹ ਸੀਟੀਆਂ ਬੜੇ ਤਰ੍ਹਾਂ ਦੀਆਂ ਬਜਾਲਾਂ ਦਾ ਤਾਂ ਕਰਕੇ ਉਹਨੂੰ ਸੀਟੀ ਕਹਿੰਦੇ ਆ ਪਰ ਬੰਦੇ ਵੀ ਬਹੁਤ ਵਜਾਏ ਬਹੁਤ ਕੁੱਟੇ ਹਨਾ ਹਾਂ ਕਾਫੀ ਖਤਰਨਾਕ ਲੱਗਦੇ ਹੋ ਫਿਲਮ ਦੇ ਵਿੱਚ ਨਹੀਂ ਮੈਂ ਕਰੈਕਟਰ ਬਹੁਤ ਖਤਰਨਾਕ ਆ ਬਹੁਤ ਕਮਾਲ ਦਾ ਕਰੈਕਟਰ ਆ ਤੇ ਮਤਲਬ ਰੰਗ ਬਹੁਤ ਨੇ ਵਿੱਚ ਇੱਕ ਤਾਂ ਇਹ ਹੈ ਵੀ ਉਹ ਜਿਵੇਂ ਗਲੱਕੜ ਬਹੁਤ ਹੈਗਾ ਦੂਜਾ ਇਹ ਵੀ ਉਹਦਾ ਜੇਲ੍ਹ ਦੇ ਵਿੱਚ ਮਾਹੌਲ ਸੈੱਟ ਹੈ ਜੀ ਉਹਦੇ ਬਾਰੇ ਦੱਸਦਾ ਸਾਰਿਆਂ ਨੂੰ ਉਹ ਚੀਜ਼ਾਂ ਨੇ ਇਹਦੇ ਵਿੱਚ ਰੰਗ ਬਹੁਤ ਨੇ ਕੋਮਿਕਲੀ ਵੀ ਤੇ ਇਮੋਸ਼ਨਲ ਵੀ ਲੈ ਕੇ ਆਉਂਦਾ ਉਹ ਹਨਾ ਜਦੋਂ ਕੋਈ ਗੱਲ ਓਦਾਂ ਦੀ ਹੁੰਦੀ ਹੈ ਗਿੱਪੀ ਬਾਈ ਜੀ ਤੁਸੀਂ ਮਹਾਕੱਬੇ ਹਾਂ ਤੁਸੀਂ ਉਹ ਦੇਖੇ ਹੀ ਨੀ ਓਦਾਂ ਦਾ ਮਾਹੌਲ ਹੀ ਨੀ ਦੇਖਿਆ ਹਾਂ ਉੱਤੋਂ ਫਿਰ ਰਾਹੁਲ ਦੇਵ ਬਾਈ ਉਹ ਉਦੋਂ ਵੀ ਕੱਬਾ ਫਿਰ ਇਹ 'ਚ ਮੁੰਡੇ ਨਵੇਂ ਜਿਹੜੇ ਆ ਜਾਂ ਚੱਲਦੇ ਪਏ ਨਾਲ ਰਾਜ ਝਿੰਜਰ ਪਾਲੀ ਆ ਵੀਰਾ ਪ੍ਰਦੀਪ ਚੀਮਾ ਵੀਰਾ ਅਤੇ ਇੱਕ ਦਾ ਨਾਂ ਨਹੀਂ ਦੱਸਣਾ ਉਹ ਵੀ ਹੈਗਾ ਅੱਛਾ ਅਤੇ ਹਾਂ ਇਹ ਮੈਂ ਤਾਂ ਕਿਹਾ ਵੀ ਸਾਰਿਆਂ ਨੂੰ ਐਂ ਹੋਵੇ ਵੀ ਕੌਣ ਆ ਉਹ ਹੋਬੀ ਬਾਈ ਹਰੀ ਸੋਹੀ ਸਾਹਿਬ ਹੋਬੀ ਬਾਈ ਆ ਸੋਹੀ ਸਾਹਿਬ ਆ ਬਹੁਤ ਜਣੇ ਆ ਜਿਨ੍ਹਾਂ ਦਾ ਇਹਨਾਂ ਨੇ ਨਹੀਂ ਦੱਸਣਾ ਤੁਸੀਂ ਦੱਸ ਦਿਓ ਮੈਂ ਵੀ ਦੱਸ ਸਕਦਾ ਕਹਾਣੀ ਨਾਲ ਜੁੜੇ ਹੋਏ ਨੇ ਜੇ ਮੈਂ ਇਵੇਂ ਇੱਥੇ ਬੋਲ ਦੂੰਗਾ ਤਾਂ ਮੇਰਾ ਉਹ ਬੋਲ ਸਕਦਾ ਯਾਰ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਤੇ ਨਾ ਇੱਕ ਘੋੜਾ ਭੱਜਿਆ ਜਾਂਦਾ ਤੇ ਉੱਤੇ ਬੈਠਾ ਉਹਦੇ ਗੇਜਾ ਹੱਥ ਚ ਉਹਦੇ ਗੰਡਾਸਾ ਮੂਹਰੇ ਇੱਕ ਬੰਦਾ ਭੱਜਿਆ ਜਾਂਦਾ ਹੈ ਬਾਰਡਰ ਦੇ ਨਾਲ ਨਾਲ ਪਿੱਛੇ ਗੇਜੇ ਦਾ ਘੋੜਾ ਕਹਿੰਦਾ ਜਿਉਂ ਹੀ ਗੇਜਾ ਆਇਆ ਬੰਦੇ ਦੇ ਕੋਲ ਗੇਜੇ ਨੇ ਘੁਮਾ ਕੇ ਕਹਿੰਦਾ ਗਰਦਨ ਤੇ ਮਾਰਿਆ ਉਹਦੇ ਗੰਡਾਸਾ ਤੇ ਉਹਦੀ ਕਹਿੰਦਾ ਗਰਦਨ ਜੀ ਐਂ ਗਈ ਹੁਣ ਉਹ ਜਦੋਂ ਉਹ ਚ ਦੇਖਣ ਵਧੀਆ ਲੱਗੂ ਕਹਿੰਦਾ ਵੀ ਧੜਤਾ ਡਿੱਗਿਆ ਉਹਦਾ ਭਾਰਤ ਵਾਲੇ ਪਾਸੇ ਤੇ ਗਰਦਨ ਜਾ ਕੇ ਡਿੱਗੀ ਪਾਕਿਸਤਾਨ ਵਾਲੇ ਪਾਸੇ ਹੁਣ ਇਹ ਜਿੱਥੇ ਸੁਣਾ ਰਿਹਾ ਮੈਂ ਬੇਸਿਕਲੀ ਮੇਰਾ ਮੁੱਦਾ ਇਹ ਹੈ ਵੀ ਬਹੁਤ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀ ਦੀ ਮੈਂ ਵਜਾਉਣੀ ਆ ਨਾ ਉਹ ਨੀ ਇਹਨੂੰ ਆਉਂਦੀ ਕਿਹਦੇ ਹੋਏ ਇੱਕ ਦੂਜੇ ਦੇ ਸਾਡਾ ਮਾਹੌਲ ਜਾ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਬਾਜੀ ਤੁਹਾਡੀ ਮੇਰੀ ਹਾਂ ਮੈਂ ਹੋ ਗਿਆ ਜੀ 40 ਤੇ ਗਿੱਪੀ ਗਰੇਵਾਲ ਨੇ ਤੁਹਾਨੂੰ ਕਰਮਜੀਤ ਅਨਮੋਲ ਨੂੰ ਤੇ ਭੱਲਾ ਸਾਹਿਬ ਨੂੰ ਤੇ ਕੁਝ ਕੁ ਹੋਰ ਕਲਾਕਾਰ ਨੇ ਉਹਨਾਂ ਨੂੰ ਪੈਨਸ਼ਨ ਲਾਉਣੀ 65,000 ਧੂਆਂ ਨਿਕਲਦਾ ਜਿਹੜਾ ਵਜ਼ੀਫਾ ਤਾਂ ਮੇਰਾ ਹੀ ਬਣਦਾ ਦੇਖੋ ਪੈਨਸ਼ਨ ਇਹਨਾਂ ਦਾ ਵਜ਼ੀਫਾ ਮੈਂ ਪਹਿਲਾਂ ਮੰਥਲੀ ਆਇਆ ਕਰਾਂ ਸਾਹਮਣੇ ਕਹਿ ਕੇ ਵੇਖਿਓ ਨਾਲ ਹੀ ਜਵਾਬ ਆ ਜਾਣਾ ਨਹੀਂ ਉਧਰ ਜ਼ਰੂਰੀ ਨੀ ਨਾ ਪੱਖੀ ਘੱਟ ਹੁੰਦਾ ਨਾ ਪੱਖੀ ਬਹੁਤ ਹੁੰਦਾ ਬਿਲਕੁਲ ਸਹੀ ਹੋ ਸਕਦਾ ਤੁਹਾਨੂੰ ਪਤਾ ਲੱਗੇ ਮੇਰੀ ਅਜੀਤ ਅਖਬਾਰ ਚ ਲੱਗੀ ਕਹਾਣੀ ਬੂਟ ਬਹੁਤ ਪੁਰਾਣੀ ਅੱਛਾ ਉਹਦਾ ਬਾਈ ਮੈਨੂੰ ਚਿੱਠੀ ਆਈ 200 ਰੁਪਇਆ ਆਇਆ ਮੈਨੂੰ ਮੈਂ ਬਹੁਤ ਚਿਰ ਸਾਂਭ ਕੇ ਰੱਖਿਆ ਉਹ ਬਣ ਕੇ ਆਇਆ ਚੱਕ ਜਾ 200 ਉਹਦੇ ਪਿੱਛੇ ਮੈਨੂੰ ਖਾਤਾ ਖੋਲਣਾ ਪਿਆ ਅੱਛਾ ਜੀ ਹਾਂ
अगली इंटरव्यू आईएफएससी कोड दसणगे फिर ब्रांच आऊगी मैनू ये तो गल याद आ गई मैं गोगी मेरा मित्र असीं दोनों जने मुसाफर बैंड वाले मुंडे होंदे सी रांझा पल्ले पा जी ते जतिंदर मौर तो वीडियो डायरैक्ट कराया ते असीं जयपुर वीडियो शूट करके आए सी वह वापसी ते वह गड्डियां सी कि तुसीं जाओ यार मैं ते गोगी ने प्लैन कर लिया आपां ना रेल गड्डी च चलांगे असीं रेल गड्डी च वापस आए असीं गल्लां करी जाइए एक गल मेरी कहानी लगन तो पांच चार साल बाद अखबार मेरा सुपना होंदा सी मेरे जदों कितें कहानी लगे ना तो गर्दीश स्कैच बनावे मैं उही नहरू गार्डन लिख करके ना पाती चिट्ठी तो जो छपी तो स्कैच गर्दीश ने क्या बात वाह बहुत वधिया बंदे हो भी हाँ तो मैं उत्थे असीं ना दोनों गल्लां करी जाइए इधर असीं डब्बे च बैठे तो परले पासे एक जेंटलमैन बंदा शायद प्रिंसीपल सीगे उह उठ के आके इधर जिहड़ी सिंगल वाली हुंदी उत्थे बह गए सारियां गल्लां सुण लगे कहने काके की करदे आ असीं कहा जी ऐं करके भी वैसे ही पढ़ते हैं ऐ करते हैं करके कहता मेरा रेडीमेड का काम किया मैं कहा मेरी दुकान कहते यार तुम गल करी जाते ही ना क्योंकि बेच रबर मीह बरसा दी चल पी कहते ना मैं एक कहानी पढ़ी सी अजीत अखबार च लगी सी बूट मैनू ए लग्या भी यार ओह जिया गल करी जाते मुंडे तो मैं बह के सुना वाह क्या बात वो कहता भाजी भी वह राइटर याद है थोनू कहता हाँ यार उदो मैं प्रिंस के जे सिंह कहिंदा प्रिंस के जे सिंह लिखा सी ऐ लगदा सी वी जिवें उहदी सच्ची हंडी वी होई गल उह कहिंदा जी आ बैठा बंदा वाह क्या बात है मजा आ गया अज गल छेड़ी कदे होई नहीं इह स्वाद आ गया कलाकार बोली साहब तुहाडे मन दे विच किहो जा उमड़दा चा गिड़दा पैंदा कि नहीं पूरा पैंदा जी असल में मेरे नाल तां ना एक तरह का बहुत वधिया याद जुड़ी हुई है जदों पहली वार्निंग शुरू हो रही थी असी फिल्म कर रहे थे अपना एक संधू हुंदा सी बाई होरी जदों सुनाउणा है ते इदां तां गिप्पी बाई होरी एक वारी माहौल बन गया सी वी जिहड़े चाकू जे मारना है बोली मारूगा वी इहदी शेप शूप जी करके इदां इदां तां मैं किसे फिल्म लई पहलां बुक सीगा किते मैं बाहर जाणा सी बाई कहिंदे वी शेव करा लै मैं बाई उहनां ने दाढ़ी रखाई दी आ वी ऐ तां औखा हो जाऊ चल फिर हम तेरे कहना है नहीं कसम च बार नहीं वो पहला कहते भी इन्हें मारा भी जे अपना एपीसोड चल पाया आप खोलेंगे भी हम ये कौन है पहला इंज रखा होया बंद हाँ भी बंद है चलो उदो होया नहीं हम टू हुई तद विच करैक्टर लिखिया मैनू फोन आया ਬਾਈ ਹਰਾਂ ਨੇ ਮੈਨੂੰ ਮੈਸੇਜ ਪਹਿਲਾਂ ਕਰਦਾ ਕਹਿੰਦੇ ਭੱਜ ਆ ਜਿੱਥੇ ਵੀ ਕਹਿੰਦੇ ਸਿਟੀ ਵੱਜਣ ਵਾਲੀ ਤੇ ਮੈਨੂੰ ਥੋੜਾ ਜਿਹਾ ਹੁੰਦਾ ਜ਼ਿਲ੍ਹਾ ਸੰਗਰੂਰ ਵੇਲੇ ਵੀ ਉਹ ਕਈ ਵਾਰੀ ਵੀ ਤੁਸੀਂ ਬੈਠੇ ਆ ਤੁਸੀਂ ਮਿੱਤਰ ਆ ਤੁਹਾਨੂੰ ਪਤਾ ਵੀ ਇੱਥੇ ਜ਼ਰੂਰੀ ਆ ਉਹਦਾ ਤੇ ਉਹਨੂੰ ਹੁਣ ਪਤਾ ਨਹੀਂ ਗਾ ਵੀ ਉਹ ਇੱਥੇ ਹੈ ਨੀ ਉਹਨੂੰ ਪਤਾ ਨੀ ਕਿਤੇ ਉਹ ਰੈਗੂਲਰ ਨਾ ਲੈ ਜੇ ਗੱਲ ਜਾਂ ਵੀ ਚੱਲ ਯਾਰ ਜਾਣੇ ਜਾਂ ਕਿਤੇ ਫਸਿਆ ਵਾ ਵੀ ਰੋਕ ਕੇ ਜਾਂ ਉਹ ਕਵੇ ਕੈਬ ਕਰਕੇ ਜਾਣਾ ਹੈਨਾ ਮੈਨੂੰ ਥੋੜਾ ਜਿਹਾ ਹੁੰਦਾ ਮੈਂ ਨਾਲ ਦੀ ਨਾਲ ਮੈਸੇਜ ਮਾਰਿਆ ਮੈਂ ਕਿਹਾ ਨਿਕਲ ਆ ਗਿਆ ਤੇਰੇ ਵਿੱਚ ਹੋਰ ਕਿਹੜੇ ਕਿਹੜੇ ਬਾਈ ਜੀ ਜਿਵੇਂ ਗਿੱਪੀ ਬਾਈ ਆ ਜਿਹਦੇ ਚ ਜੀ ਮੁੱਖ ਕਿਰਦਾਰ ਤੁਹਾਡਾ ਕਿ ਗਿੱਪੀ ਬਾਈ ਦਾ ਦੇਖੋ ਗਿੱਪੀ ਬਾਈ ਆ ਵਾਰਨਿੰਗ ਦੇ ਵਿੱਚ ਉਹਨਾਂ ਨੇ ਆਏ ਆ ਤਾਂ ਫਿਲਮ ਬਹੁਤ ਵੱਡੀ ਹੋਈ ਹੈ ਇਹਦੇ ਚ ਕੋਈ ਦੋ ਰਹਿ ਨਹੀਂ ਆਪਣੇ ਪੰਜਾਬ ਦੇ ਵੱਡੇ ਸਟਾਰ ਹੈ ਜੀ ਵੱਡਾ ਮਾਹੌਲ ਆ ਫਿਲਮਾਂ ਸਾਰਾ ਕੁਝ ਉਹ ਕਰਨਾ ਫਿਲਮ ਦੇ ਵਿੱਚ ਉਹਨਾਂ अच्छा लिखी ना उन्हें कहानी उन्होंने सारा कुछ उन्होंने वो चाहते आपका वड्डा रख लेंगे वाह डेढ़ डायलॉग है बाई का सारी फिल्म डेढ़ रखा उन्होंने पम्मा ही वड्डा बहुत वड्डी गल हाँ बहुत वड्डी गल मैनू कई जने कह देंदे भी तू क्योंकि मैं कोई पोस्ट आ मैं एडिट करके गिप्पी गरेवाल लिखा आ गया मैं नाल एडिट करके बाई जी लिखना ही हुंदा क्योंकि जो बाई ने मेरे लिए कीता वो नहीं किसे ने कीता बहुत खूब मैनू ना तो वो रोक दे आ तू इत्थे नहीं काम करना मैनू कदे नहीं कोई ना मेरा आया भी मैं बॉन्ड है ना मैं काम बाहर करदा
चेता सिंह की उदो छड़ा की मैं सारे बुला लेंदे मैं सारा ना करदा काम जाके जे मैं हुण बाहर ना जाना हुंदा तो मैं जट एंड जूलियट वास्ते भी आया हो सनी बई ना गल हुई मैं माड़ा जहा जाना सी लोकेशन लोकेशन देखने चले वो नहीं कर पाया मैं ए है नहीं ना ही मैनू कदे रोकया बहुत खूब भी माहौल इदा का भी जिम्मे भरावाना माहौल होंगे ना भी जुड़े इन्ने सारे जने बोलियां अर्गे ये सारे जने पहला ना उवें जान पछाण बाई नाल माहौल ते पर इहदा मतलब यह नहीं भी गेजा जे डेढ़ डायलॉग आते उन्हें प्रभाव नहीं छड़ना एक्ट वाली बाई ने भी नेरी लिआंदी हुई है बहुत सवाद आऊगा बहुत सवाद आऊगा हॉबी बाई ने क्या काम किया सोई साहब ने क्या काम अच्छा सब तो ज्यादा मैं प्रभावित हुआ जैसमिन पसीन वो इन्नी भोली इन्नी वो लगती है उन्हें जिहड़ा करैक्टर नूं गिरफ्त च किया ज्यादा वड्डा करैक्टर नहीं है पर तुसी देख लियो बलजिंदर मैडम फिर चाहे सीन एक ही है एक डायलॉग एदे च भी सीन एक ही है पर तुसी देखोगे ना फिर यह लगेगा फिर हो यार बोली बाई जी ए जो पंजाब दे विच जां पंजाबों बाहर लगा जेलां दे विच हुंदा क्योंकि ए विच जेल दा भी काफी कम हैगा जेल नाल खबरां दे विच अजकल सुनदे अजकल चलदा जेल च फोन आ जेल दे विच ही भंगड़ा पाई जांदे जेल दे विचों फरौतियां मंगी जांदे आ भी वर्तारा विच विखाया कि नहीं ए चीजां एदे विच फिल्म दे अकॉर्डिंगली चीजां हैगियां दिखाया होयागा ओ सिचुएशनली दिखाया है भी किदां किदां की चीज चल रही है क्योंकि जदों फिल्म बनाउणे आ फिल्म च जिहड़ी कोई चीज नहीं भी हुंदी ओ भी तुहानू काल्पनिक चीजां भी कई रखणियां हुंदियां ने भी मसाला कहानी वधिया लगे करैक्टर वधिया लगण हुण जिवें पम्मा बाई मतलब किसे नूं मारदा जां उदां ऐ करके आया तां मतलब रियल च तां कोई उवें मारदा भी नहीं होणा कोई जां जिवें असीं फिल्मां दिखा दिंदे किसे नूं साइको है ना वी उवें नहीं हुंदा फिल्म यह हुंदा वी फिल्म बहुत पात्रां दी हुंदी आ तां कई पात्रां नूं रंग बिरंगे बनाउण लई उहनां दे कोल उदां दीआं सिचुएशनां क्रिएट करके माहौल सिरजणा पैंदा वी स्वाद आवे लोकां नूं उह एंटरटेन करन गए ने जे एक्शन फिल्म देखण गए ने वार्निंग देखण गए ने पुष्पा देखण गए ने ये फिल्मां देखण गए उहनां नूं स्वाद ही आ रहा जो करैक्टरां नाल नहीं जुड़ रहे जे असीं विच उहदे कोई बहुत माड़े किरदार दा दिखा रहे जिवें बाई हरां दस्से भी उत्थे हुण जिहड़े रेप करदे उह भी आए ने तो सारे तरहां दे उत्थे रंग बिरंगे हैगे सारे क्रिमिनल आ उत्थे जेल च कोई उदां दा जांदा नहीं तां उह चीजां उहनां सारिआं दा स्वाद उहनां सारिआं दीआं भूमिकावां जो जो हैगीआं उह बखूबी निभाउणगे आपणे जी ते बाई जी होर भविख्य योजनावां की की ने हुण इक तपंशी 2 दा चलदा पिआ जी ते शिकारी थिरी लिखण ते मेरी ड्यूटी लगी हुंदी उहदा भी कर लिया हिसाब ता सैट एक फिल्म है सैक्टर 17 जो चंडीगढ़ नहीं बनया सी 1952 दी कहानी उहदे ते जोर लगा ठीक है बहुत वधिया ते बई जी उदां प्रिंस कमलजीत जो हर बंदा अपना आत्म चिंतन करदा जो मैं किसी नूं कोई बंदा कोई भी उत्तर देवे कई बार बंदा गोल मोल भी गल करता कई बार गल लुकानी पैंदी आ कई बार वधाउणी भी किसी नूं पै जांदी आ पर जदों बंदा स्वै चिंतन करता भी यार मैं कित्थे जे खड़ा तो मैं की हाँ पता सब नहीं हुंदा भी मैं की हाँ प्रिंस कमलजीत नूं की लगता कि वह की है वह पम्मे वर्गा ही आ जां पम्मे तो बाहरला नहीं पम्मे वर्गा तो है नहीं मैं जिहड़ा देखो जदों चढ़दी उम्र हुंदी आ उदों जे पम्मे च कुछ रंग हैगे आ तो किसे ना किते थोड़े च सीगे ते तां ही तुसीं उह करैक्टर चुणे हो सही उह चढ़दी उम्र च वाल जे वधाए वे वड्डे जिप वाले बूट वी नाल 5-4 जणे उह देखो माहौल रहा हां फिल्मी मैं शुरू तो रहा ही आ मैं तुहानूं भगत सिंह कॉलेज फिरदे रहिंदे सी अच्छा पढ़दा है नहीं सी उत्थे मैं असीं जे 15-20 जने 22 जने हुंदे सी ते पढ़दा इक भी नहीं सी 10 बजे सब कॉलेज फिरदे हुंदे लगदा सी भी यही कॉलेज चलाउंदे ने ओह माहौल जिहड़ा कम रहा वी वाल वड्डे मेरे मेरे नाल दो मित्र मेरे मैं कहा ओए तू भी गंजा होया तू कहिंदे क्यों मैं कहा मेरे वाल वड्डे इधर गंजा इधर गंडा मजा आ प्रेम जो सोहणा लग रहा चला कहण लगा ओह असल च रहा नहीं ते ओह गंजे हो गए ओह हो गए देखो मित्र दा तां यही है भाई जे पंजाबी च फिल्म बने पुष्पा हाँ जी ते ओर च प्रिंस कमलजीत होवे हाँ ते फिर किवें कहूगा पम्मा बोलदा झुकेगा नहीं साला
ਨਹੀਂ ਆਪਾਂ ਦਾ ਫਿਰ ਝੁਕੇਗਾ ਨਹੀਂ ਸਾਲਾ ਦੇ ਮੂਰੇ ਤਾਂ ਫਿਰ ਕੁਝ ਹੋਰ ਹੋਰ ਆਊਗਾ ਕੁਝ ਹੈ ਗੱਲ ਬਾਤ ਹਾਂ ਵੀ ਫਿਰ ਤਾਂ ਉੱਥੇ ਪੰਮੇ ਦੀ ਗੱਲ ਤਾਂ ਇਹ ਆਊਗੀ ਕਹਿੰਦਾ ਵੀ ਜ਼ਰੂਰੀ ਨਹੀਂ ਵੀ ਆਰਥੀਆਂ ਦਾ ਬਹੁਤ ਭਾਰ ਹੁੰਦਾ ਬੰਦੂਕਾਂ ਵੀ ਉਨੀਆਂ ਕੀ ਭਾਰੀਆਂ ਹੁੰਦੀਆਂ ਫਿਰ ਇਹ ਪੰਮਾ ਤਾਂ ਆਏਗਾ ਕਿਆ ਬਾਤ ਹੈ ਕਿਤਾਬਾਂ ਪੜ੍ਹਦੇ ਹੋ ਬਾਈ ਜੀ ਹੁਣ ਹੁਣ ਬਹੁਤ ਘੱਟ ਪੜ੍ਹਦੇ ਹਾਂ ਬਾਈ ਹੁਣ ਹੁਣ ਰਿਆਜ਼ ਨਹੀਂ ਹੈਗਾ ਸੱਚੀ ਤੁਸੀਂ ਮੇਰਾ ਵਾਹਿਗੁਰੂ ਦੀ ਮਿਹਰ ਨਾਲ ਚੱਲਦਾ ਚਖੇਵ ਦੀਆਂ ਕਹਾਣੀਆਂ ਮੇਰਾ ਉਹੀ ਚੱਕਰ ਹੀ ਹੈ ਜਿਹੜੀ ਮੈਂ ਸੁਣਦਾ ਸੀ ਮੈਂ ਖਰੜ ਮੇਰਾ ਮਿੱਤਰ ਹੈ ਵੀ ਹੁਣੇ ਜੀ ਬਣਿਆ ਡਾਕਟਰ ਮੈਂ ਜਾੜ ਦਾ ਜਾੜ ਜੀ ਦੁਖਦੀ ਸੀ ਮੈਂ ਦਿਖਾਉਣ ਜਾੜ ਤੇ ਉਹ ਮੈਨੂੰ ਕਹਿੰਦਾ ਪੰਮਾ ਊਂ ਫਿਲਮ 'ਚ ਜਾੜਾਂ ਕੱਢਦਾ ਆਪਦੀ ਕਢਾਉਣਾ ਮੈਂ ਕਿਹਾ ਫਿਰ ਕੱਢੀ ਨਾ ਤੇ ਉਹਨਾਂ ਮੈਨੂੰ ਉੱਥੇ ਫਿਰ ਹੁੰਦੇ ਕਹਿੰਦੇ ਵੀ ਹੋਰ ਹੈਗੇ ਆ ਮੈਂ ਕਿਹਾ ਨਹੀਂ ਤੁਸੀਂ ਵਾਰੀ ਸੇਰੀ ਰੱਖੋ ਆਪਾਂ ਨੂੰ ਠੀਕ ਨਹੀਂ ਲੱਗਦਾ ਤੇ ਉਹ ਕਹਿੰਦੇ ਫਿਰ ਤੂੰ ਇੱਥੇ ਨਾ ਬੈਠ ਵੀ ਅੰਦਰ ਉੱਧਰ ਬਹਿ ਜਾਓ ਕੈਬਨ ਜਿਹਾ ਬਣਿਆ ਮੈਂ ਉੱਧਰ ਗਿਆ ਤੇ ਉਹਦੇ ਕਿਤਾਬਾਂ ਪਈਆਂ ਬਹੁਤ ਵਾਹ ਉਹਨਾਂ ਦੀ ਵਾਈਫ ਨੇ ਐਮ ਏ ਉਮੇ ਕੀਤੀ ਉਹਨੇ ਕੀਤੀ ਉਹ ਜਿੰਨਾ ਉਹਦਾ ਪੜ੍ਹਿਆ ਹੋਇਆ ਸੀ ਤੇ ਉੱਥੇ ਜਾ ਕੇ ਉਹ ਰੱਖਦਾ ਤੇ ਮੈਂ ਕਿਤਾਬ ਚੱਕੀ ਮੈਂ ਜਦੋਂ ਸ਼ੁਰੂ ਕੀਤੀ ਸੀ ਰਸ਼ੀਅਨ ਰਾਈਟਰ ਤਾਂ ਚਖੇਵ ਦੀਆਂ ਕਹਾਣੀਆਂ ਵੀ ਪੜ੍ਹੀਆਂ ਸੀ ਛੋਟੀਆਂ ਉਹ ਮੈਂ ਚੱਕ ਲਈ ਹੁਣ ਮੈਂ ਜਦੋਂ ਪੜ੍ਹਨੀ ਖੋਲ੍ਹੀ ਤਾਂ ਉਹ ਅੰਡਰਲਾਈਨ ਤੇ ਉਹਨੇ ਨਾ ਕੁੜੀ ਨੇ ਉਹਦੀ ਵਾਈਫ ਨੇ ਪੈਰੇ ਜਿਹੜੇ ਹੁੰਦੇ ਆ ਪੈਰੇ ਦਾ ਨਾਂ ਆਪਦਾ ਰੱਖਿਆ ਸੀ ਜਿਹੜੀ ਕਮਾਲ ਦੀ ਗੱਲ ਸੀ ਵੀ ਉਹਦਾ ਇੱਕ ਪੈਰਾ ਉਹਦਾ ਸਾਰ ਉਹਦੇ ਸਾਈਡ ਤੇ ਉਹਦਾ ਨਾਂ ਲਿਖਿਆ ਹੁੰਦਾ ਸੀ ਵੀ ਪੈਰੇ ਦਾ ਨਾਂ ਕਿਉਂ ਕਹਾਣੀ ਦੇ ਵਿੱਚ ਵੀ ਬਹੁਤ ਕਹਾਣੀਆਂ ਬਹੁਤ ਖੂਬ ਬਹੁਤ ਖੂਬ ਸੱਚ ਮੈਂ ਕਲਰਕ ਦੀ ਮੌਤ ਉਹ ਡੇਢ ਕੁ ਪੇਜ ਦੀ ਸੀ ਦੋ ਪੇਜ ਦੀ ਕਲਰਕ ਦੀ ਮੌਤ ਮੈਂ ਫਿਰ ਪੜ੍ਹੀ ਤੇ ਜੇ ਕਿਸੇ ਕੋਲ ਚਖੇਵ ਦੀਆਂ ਕਹਾਣੀਆਂ ਪਈਆਂ ਤੁਸੀਂ ਕੱਲੀ ਉਹਦੇ ਚੋਂ ਪਹਿਲੀ ਡੇਢ ਪੇਜ ਦੀ ਕਲਰਕ ਦੀ ਮੌਤ ਪੜ੍ਹ ਲਓ ਜੇ ਤੁਸੀਂ ਛੱਡ ਕੇ ਲੱਗਿਆ ਜੇ ਬਹੁਤ ਖੂਬ ਵਾਹ ਕੀ ਬਾਤ ਹੈ ਬਹੁਤ ਖੂਬ ਕੀ ਬਾਤ ਬਾਈ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜਮਾ ਜੜ ਦੋਵੇਂ ਜਾਣੀ ਥੈਂਕ ਯੂ ਬਾਈ ਬੋਲੀ ਬਾਈ ਤੁਸੀਂ ਵੀ ਪ੍ਰਿੰਸ ਬਾਈ ਤੁਸੀਂ ਵੀ ਤੇ ਸਾਰੇ ਕਲਾਕਾਰ ਜਿਹੜੇ ਰੰਗ ਮੰਚ ਨਾਲ ਜੁੜੇ ਆ ਤੇ ਜਿਹੜੇ ਨਹੀਂ ਵੀ ਜੁੜੇ ਉਹ ਵੀ ਸਾਰੇ ਜ਼ਿੰਦਾਬਾਦ ਰਹਿਣ ਫਿਲਮਾਂ ਆਈ ਜਾਣ ਪੰਜਾਬੀ ਤੇ ਚੰਗੀਆਂ ਬਣਨ ਤੇ ਪੈਸਾ ਵਸੂਲ ਬਣਨ ਤੇ ਮੁੜ ਮੁੜ ਕੇ ਉਹਦੇ ਦੂਜੇ ਤੀਜੇ ਚੌਥੇ ਪੰਜਵੇਂ ਦਸਵੇਂ ਭਾਗ ਬਣਨ ਇਹਦੀ ਅਸੀਂ ਕਾਮਨਾ ਕਰਦੇ ਤੇ ਦਰਸ਼ਕਾਂ ਦੀ ਉਮੀਦ ਦੇ ਉੱਪਰ ਵੀ ਖਰੀਆਂ ਉਤਰਾਂ ਬਿਲਕੁਲ ਬਹੁਤ ਜ਼ਰੂਰੀ ਹੈ ਬਿਲਕੁਲ ਬਹੁਤ ਚੰਗਾ ਲੱਗਿਆ ਤੁਹਾਡੇ ਦੋਵਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਮਿਹਰਬਾਨੀ ਦੁਬਾਰਾ ਜਦੋਂ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਚਾਰਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ